ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ਦੇ ਵਿੱਚ ਬੀਤੀ ਰਾਤ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕੁਝ ਲੋਕਾਂ ਨੇ ਇੱਕ ਪਰਿਵਾਰ ਤੇ ਹਮਲਾ ਕਰ ਦਿੱਤਾ ਅਤੇ ਇਲਜ਼ਾਮ ਕਾਂਗਰਸ ਦੇ ਕਾਉਂਸਲਰ ਦੇ ਪੁੱਤਰ ਅਤੇ ਲੁਧਿਆਣਾ ਜੇਲ੍ਹ ਦੇ ਇੱਕ ਏਐਸਆਈ ਤੇ ਲੱਗੇ ਨੇ ਇਸ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਪਰਿਵਾਰ ਦੇ ਮੈਂਬਰ ਗੁਰਸਿੱਖ ਹੈ ਅਤੇ ਉਹਨਾਂ ਨੇ ਇਲਜ਼ਾਮ ਲਾਏ ਹੈ ਕਿ ਉਹਨਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਪੁਲਿਸ ਕਮਿਸ਼ਨਰ ਨੂੰ ਮਿਲ ਚੁੱਕੇ ਨੇ ਪਰ ਮੁਲਜ਼ਮਾਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਕਿਉਂਕਿ ਮੁਲਜ਼ਮ ਖੁਦ ਪੁਲਿਸ ਦਾ ਅਧਿਕਾਰੀ ਹੈ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਕਿਵੇਂ ਉਹਨਾਂ ਦੇ ਘਰ ਤੇ ਸੈਂਟਰਲ ਜੇਲ੍ਹ ਲੁਧਿਆਣਾ ਦੇ ਏਐਸਆਈ ਨੇ ਪਹਿਲਾਂ ਹਮਲਾ ਕੀਤਾ ਉਹਨਾਂ ਨਾਲ ਗਾਲੀ ਗਲੋਚ ਕੀਤੀ ਅਤੇ ਫਿਰ ਆਪਣਾ ਸਰਵਿਸ ਰਿਵਾਲਵਰ ਕੱਢ ਕੇ ਵੀ ਉਹਨਾਂ ਨੂੰ ਧਮਕਾਇਆ ਪਰ ਬਾਅਦ ਵਿੱਚ ਉਹਨਾਂ ਨੇ ਆਪਣੇ ਕੁਝ ਸਾਥੀਆਂ ਨੂੰ ਕਾਰ 'ਚ ਸੱਦ ਲਿਆ ਅਤੇ ਉਹਨਾਂ ਨੇ ਪਰਿਵਾਰ ਤੇ ਹਮਲਾ ਕਰਵਾਇਆ ਜਿਸ ਵਿੱਚ ਪਰਿਵਾਰਿਕ ਮੈਂਬਰ ਜ਼ਖਮੀ ਹੋ ਗਏ ਜ਼ਿਕਰ ਖਾਸ ਹੈ ਕਿ ਇਹ ਪਰਿਵਾਰ ਦੇ ਇੱਕ ਮੈਂਬਰ ਦਾ ਬੀਤੇ ਕੁਝ ਸਾਲ ਪਹਿਲੇ ਕੁਝ ਨੌਜਵਾਨਾਂ ਨੇ ਹਮਲਾ ਕਰਕੇ ਕਤਲ ਕਰ ਦਿੱਤਾ ਸੀ ਪਰਿਵਾਰ ਦੀ ਬਜ਼ੁਰਗ ਜਸਵੀਰ ਕੌਰ ਨੇ ਇਨਸਾਫ ਦੀ ਮੰਗ ਕੀਤੀ ਉਹ ਬਈ ਸਾਰੇ ਪਤਾ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜਸਵੀਰ ਕੌਰ ਕੀ ਮਾਮਲਾ ਜੀ ਇਹ ਮਾਮਲਾ ਕਮਿਊਨਿਟੀ ਸੈਂਟਰ ਦਾ ਹੀ ਆ ਤੇ ਗੁਰਦੁਆਰੇ ਦੀ ਕਰਮਸਾਰਨ ਦੀ ਕਮੇਟੀ ਦਾ ਆ ਇਹ ਪਹਿਲਾਂ ਵੀ ਰੌਲਾ ਪਿਆ ਸੀ ਹੁਣ ਫੇਰ ਵੀ ਇਹ ਸਾਰੇ ਉੱਥੇ ਮੀਟ ਸ਼ਰਾਬਾਂ ਕਰਦੇ ਆ ਮੇਰੀ ਫੈਕਟਰੀ ਦੇ ਅੱਗੇ ਰੌਲੇ ਰੱਪੇ ਕਰਦੇ ਆ ਸਾਡੇ ਕੋਲ ਫੈਕਟਰੀ 'ਚ ਗੱਡੀਆਂ ਵਾਲਿਆਂ ਨੇ ਬਾਹਰੋਂ ਵੀ ਵਰਕਰਾਂ ਨੇ ਆਉਣਾ ਮੈਂ ਕੀ ਕਰਾਂ ਮੈਂ ਇੱਕ ਜਨਾਨੀ ਹਾਂ ਇੱਕ ਫੈਕਟਰੀ ਦੀ ਮਾਲਕ ਹਾਂ ਇਹ ਮੇਰਾ ਬੱਚਾ ਅੱਗੇ ਇੱਕ ਮਾਰਤਾ ਆ ਹੁਣ ਇਹਨੂੰ ਕੱਲ੍ਹ ਮੈਂ ਉਹਨਾਂ ਦੀਆਂ ਮਿੰਨਤਾਂ ਕੀਤੀਆਂ ਬਈ ਤੁਸੀਂ ਮੇਰੇ ਬੱਚੇ ਨੂੰ ਮਾਰੋ ਨਾ ਪਰ ਉਹਨੇ ਮੈਨੂੰ ਘਸੀਟ ਘਸੀਟ ਕੇ ਮਾਰਿਆ ਔਰ ਮੇਰੇ ਬੱਚੇ ਦੇ ਰਿਵੋਲਵਰ ਕੱਢ ਕੇ ਕੌਣ ਬੰਦੇ ਨੇ ਜੀ ਉਹ ਬੰਦੇ ਕੌਣ ਨੇ ਉਹ ਜੀ ਕੁਲਦੀਪ ਸਿੰਘ ਉੱਥੇ ਜੇਲ੍ਹ 'ਚ ਲੱਗੇ ਹੋਏ ਏਐਸਆਈ ਉਹ ਆਪਣੀ ਰਿਵਾਲਵਰ ਨਾਲ ਮੇਰੇ ਪੁੱਤ ਨੂੰ ਕਹਿੰਦਾ ਮੈਂ ਤੈਨੂੰ ਮਾਰ ਦੇਣਾ ਜਦੋਂ ਮੈਂ ਉੱਥੇ ਪਹੁੰਚੀ ਤਾਂ ਉਹਨੇ ਗੁੰਡੇ ਬੁਲਾ ਲਏ ਠਕਰਾਲ ਦੇ ਬੰਦੇ ਤੇ ਆਪਣੇ ਇਹਦੇ ਭਤੀਜੇ ਪੁਲਿਸ ਵਾਲਾ ਕਹਿੰਦਾ ਇਹਦਾ ਭਰਾ ਇਹਨੀ ਸਾਰਿਆਂ ਨੇ ਡਾਂਗਾ ਕੱਢ ਕੇ ਮਾਰਿਆ ਸਾਨੂੰ ਤੁਸੀਂ ਠਕਰਾਲ ਕੌਣ ਹੈਗਾ ਜੀ ਠਕਰਾਲ ਇੱਥੇ ਜਿਹੜਾ ਕੋਈ ਵੋਟਾਂ ਵਾਟਾਂ ਕਾਂਗਰਸ ਦੇ ਖੜੇ ਆ ਕੌਂਸਲਰ ਫਿਰ ਹੁਣ ਜਦ ਬਾਅਦ ਠਕਰਾਲ ਦਾ ਮੁੰਡਾ ਆਇਆ ਉਹਨੂੰ ਅਸੀਂ ਬੇਨਤੀ ਕੀਤੀ ਆ ਸੋਹਣਾ ਸਾਡੇ ਨਾਲ ਕਰਾ ਲਿਆ ਅੱਗੇ ਉਹ ਕਹਿੰਦਾ ਮੈਨੂੰ ਕੀ ਪਤਾ ਤੁਹਾਡੇ ਨਾਲ ਲੜਾਈ ਹੋਣੀ ਆ ਮੈਂ ਤਾਂ ਬੰਦੇ ਐਵੇਂ ਭੇਜਤੇ ਇਹ ਸਾਰੀ ਗੁਰਦੁਆਰੇ ਦੀ ਕਮੇਟੀ ਦਾ ਕੋਈ ਬੰਦਾ ਨਹੀਂ ਆਇਆ ਜਦੋਂ ਲੜਾਈ ਹਟ ਗਈ ਗੁਰਦੁਆਰੇ ਵਾਲੇ ਦੇ ਕਮੇਟੀ ਵਾਲੇ ਉਸੇ ਸ਼ਰਾਬੀ ਦੇ ਘਰੇ ਜਿਹਨੂੰ ਪ੍ਰਧਾਨ ਬਣਾਇਆ ਸਾ ਉੱਥੇ ਗਏ ਉੱਥੇ ਜਾ ਕੇ ਮੈਂ ਇਹ ਮੰਗ ਕਰਦੀ ਹਾਂ ਜਿਹੜਾ ਉਹ ਏਐਸਆਈ ਆ ਉਹਨੂੰ ਸਸਪੈਂਡ ਕੀਤਾ ਜਾਵੇ ਔਰ ਜਿਹੜੀ ਗੁਰਦੁਆਰੇ ਦੀ ਕਮੇਟੀ ਆ ਉਹਨੂੰ ਸਮਝਾਇਆ ਜਾਵੇ ਵੀ ਕਿਸ ਤਰ੍ਹਾਂ ਇੱਥੇ ਇਹ ਪ੍ਰੋਗਰਾਮ ਗੁਰੂ ਘਰ 'ਚ ਕਰਨਾ ਉੱਥੇ ਪਰਚਾ ਦਰਜ ਕੀਤਾ ਜਾਵੇ ਬਸ ਜੋ ਕੀ ਮਾਮਲਾ ਹੋਇਆ ਰਾਤ ਕੀ ਗੱਲਬਾਤ ਹੋਈ ਹੈ ਇਹ ਪ੍ਰਧਾਨ ਬਣਾਇਆ ਗਿਆ ਜੀ ਕਮਿਊਨਿਟੀ ਸੈਂਟਰ ਦਾ ਏਐਸਆਈ ਕੁਲਦੀਪ ਸਿੰਘ ਜੀ ਨੂੰ ਉਹਨਾਂ ਨੇ ਕੱਲ੍ਹ ਨਸ਼ੇ ਦੀ ਹਾਲਤ ਦੇ ਵਿੱਚ ਮੇਰੇ ਨਾਲ ਆ ਕੇ ਪਹਿਲਾਂ ਗਾਲੀ ਗਲੋਚ ਕੀਤਾ ਉਸ ਤੋਂ ਬਾਅਦ ਆਪਣੇ ਸਰਵਿਸ ਪਿਸਟਲ ਕੱਢ ਕੇ ਮੇਰੇ ਲਗਾਈ ਕਿ ਤੂੰ ਦੂਜੇ ਬੰਦਿਆਂ ਨਾਲ ਸਾਥ ਦੇ ਰਿਹਾ ਜਦਕਿ ਐਸਾ ਕੋਈ ਮਾਮਲਾ ਨਹੀਂ ਹੈਗਾ ਹੈ ਕੀ ਮਾਮਲੇ ਨੂੰ ਕਿਸੇ ਲੈ ਕੇ ਲੜਾਈ ਕਮਿਊਨਿਟੀ ਸੈਂਟਰ ਬੰਦ ਕਰਵਾਇਆ ਗਿਆ ਸੀ ਅੱਜ ਤੋਂ 2 ਸਾਲ ਪਹਿਲਾਂ ਕਿਉਂਕਿ ਉੱਥੇ ਦਾਰੂ ਪੀਂਦੇ ਸੀ ਗੁਰਦੁਆਰਾ ਸਾਹਿਬ ਦੀ ਪ੍ਰੋਪਰਟੀ ਹੈ ਉਹ ਸਾਰੇ ਮਹੱਲੇ ਨੇ ਲਿਖ ਕੇ ਬੰਦ ਕਰਵਾਇਆ ਸੀਗਾ ਪਰ ਇਹ ਬੰਦਾ ਮੇਰੇ ਤੇ ਡਾਇਰੈਕਟਲੀ ਇਲਜ਼ਾਮ ਲਗਾ ਰਿਹਾ ਕਿ ਉਹ ਸਾਰਾ ਕੁਝ ਮੇਰੇ ਕਰਕੇ ਹੋਇਆ ਜਦਕਿ ਇੱਥੇ ਸਾਰੇ ਮਹੱਲੇ ਦੇ ਸਾਈਨ ਨੇ ਆਹ ਦੇਖ ਲਓ ਸਰ ਵੈਬਸਾਈਟ 'ਤੇ ਵੀ ਇਹਦੇ ਵਿੱਚ ਕੀ ਮੰਗ ਕੀ ਕਰਦੇ ਹੋ ਮੈਂ ਤਾਂ ਸਰ ਇਹੀ ਮੰਗ ਕਰਾਂਗਾ ਕਿ ਉਹ ਜਿਹੜਾ ਏਐਸਆਈ ਕੁਲਦੀਪ ਸਿੰਘ ਆ ਉਹਨੂੰ ਡਿਸਮਿਸ ਕੀਤਾ ਜਾਵੇ ਔਰ ਜਿਹੜੀ ਗੁਰਦੁਆਰਾ ਕਮੇਟੀ ਹੈ ਉਹਨੂੰ ਵੀ ਭੰਗ ਕਰਕੇ ਨਵੇਂ ਅਹੁਦੇਦਾਰ ਉੱਥੇ ਨਿਯੁਕਤ ਕੀਤੇ ਜਾਵੇ ਨਾਲ ਹੋਰ ਕਿੰਨੇ ਬੰਦੇ ਸੀ ਟੋਨੀ ਸਿੱਧੂ ਜਿਹੜਾ ਕਿ ਆਪਣੇ ਆਪ ਨੂੰ ਪੁਲਿਸ ਵਾਲਾ ਦੱਸਦਾ ਵਰਦੀ ਪਾ ਕੇ ਰੱਖਦਾ ਲੇਕਿਨ ਉਹ ਪੁਲਿਸ ਵਾਲਾ ਹੈ ਨਹੀਂ ਔਰ ਉਹਨਾਂ ਦਾ ਇੱਕ ਰਿਸ਼ਤੇਦਾਰ ਨਹੀਂ ਨਹੀਂ ਉਹਨਾਂ ਦਾ ਰਿਸ਼ਤੇਦਾਰ ਏਐਸਆਈ ਦਾ ਰਿਸ਼ਤੇਦਾਰ ਇੱਕ ਔਰ ਇੱਕ ਭਤੀਜਾ ਔਰ 2 ਬੰਦੇ ਹੋਰ ਸੀ ਉਹਨਾਂ ਦੇ ਦੋਸਤ ਨਾਲ ਪ੍ਰਸ਼ਾਸਨ ਤੋਂ ਸਰ ਇਹੀ ਮੰਗ ਕਰਦਾ ਕਿ ਏਐਸਆਈ ਨੂੰ ਡਿਸਮਿਸ ਕੀਤਾ ਜਾਵੇ ਔਰ ਗੁਰਦੁਆਰਾ ਕਮੇਟੀ ਉਹ ਭੰਗ ਕਰਕੇ ਨਵੇਂ ਅਹੁਦੇਦਾਰ ਨਿਯੁਕਤ ਕੀਤੇ ਜਾਣ ਫਤਿਹ ਜੀ ਕੱਲ੍ਹ ਰਾਤੀ 10 ਵਜੇ ਏਐਸਆਈ ਕੁਲਦੀਪ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਮਸਰ ਦੇ ਸਾਰੇ ਪ੍ਰਬੰਧਕਾਂ ਨੇ ਮਾਸਟਰ ਮਾਈਂਡ ਬਣਾ ਕੇ ਮਾਸਟਰ ਮਾਈਂਡ ਹੋ ਕੇ ਕੁਲਦੀਪ ਸਿੰਘ ਦੇ ਦੁਆਰਾ ਮੇਰੇ ਕਕਾਰਾਂ ਦੀ ਬੇਅਦਬੀ ਕਰਾਈ ਹੈ ਜੀ ਮੇਰੇ ਚੋਲੇ ਨੂੰ ਮੇਰੇ ਬਾਣੇ ਨੂੰ ਪਾੜਿਆ ਗਿਆ ਜੀ ਆਹ ਤੁਹਾਡੇ ਸਾਹਮਣੇ ਹੈ ਜੀ
ਮੇਰੀ ਸ਼੍ਰੀ ਸਾਹਿਬ ਨੂੰ ਖੋਹ ਲਿਆ ਗਿਆ ਜੀ, ਮੇਰੇ ਬਾਣੇ ਨੂੰ ਪਾੜ ਦਿੱਤਾ, ਮੇਰੀ ਦਸਤਾਰ ਖੋਹ ਕੇ ਲੈ ਗਏ। ਮੇਰੀ ਸਾਰੇ ਸਿੱਖ ਜਥੇਬੰਦੀਆਂ ਨੂੰ ਅਰੇ ਪ੍ਰਸ਼ਾਸਨ ਨੂੰ ਇਹ ਮੰਗ ਹੈ ਕਿ ਇਹਨਾਂ ਪਾਪੀਆਂ ਦਾ ਜਿਹੜਾ ASI ਕੁਲਦੀਪ ਸਿੰਘ ਆ, ਇਹਨੂੰ ਜਲਦ ਤੋਂ ਜਲਦ ਡਿਸਮਿਸ ਕੀਤਾ ਜਾਵੇ। ਇਹ ਜੋ ਉੱਥੇ ਨਸ਼ੇ ਦੀ ਹਾਲਤ ਵਿੱਚ ਇਹ ਗੁਰਦੁਆਰਿਆਂ ਵਿੱਚ ਵੜਦੇ ਨੇ, ਗੁਰਦੁਆਰਿਆਂ ਨੂੰ ਇਹਨਾਂ ਨੇ ਆਪਣਾ ਅੱਡਾ ਬਣਾਇਆ ਹੋਇਆ, ਜਿੱਥੋਂ ਕਿ ਇਹ ਆਪਣੇ ਨਿੱਜੀ ਸਵਾਰਥਾਂ ਵਾਸਤੇ ਵਰਤਦੇ ਨੇ ਜੀ। ਮਾਮਲਾ ਕੀ ਸੀ ਇਹ ਜੀ? ਮਾਮਲਾ ਗੁਰਦੁਆਰਾ ਕਰਮਸਰ ਦਾ ਬਣਾਇਆ ਹੋਇਆ ਕਮਿਊਨਿਟੀ ਸੈਂਟਰ ਦਾ ਹੈ ਜੀ, ਜਿਹੜਾ ਗੁਰਦੁਆਰੇ ਦੀ ਜ਼ਮੀਨ 'ਤੇ ਬਣਿਆ ਹੋਇਆ ਹੈ, ਅਤੇ ਗੁਰਦੁਆਰਾ ਸਾਹਿਬ ਨੇ ਉਸਾਰੀ ਕਰਾਈ ਗਈ ਹੈ। ਅਸੀਂ ਆਪਣੇ ਮਨ ਧਨ ਸਭ ਨਾਲ ਮਹੱਲੇਦਾਰਾਂ ਨੇ ਲੜ ਕੇ ਕਰਾਇਆ, ਅਤੇ ਉਹਦੇ ਵਿੱਚ ਜਦੋਂ 16 ਵਿੱਚ ਉੱਥੇ ਦਾਰੂ ਮੀਟ ਚਲਾਇਆ ਜਾਂਦਾ, ਅਕਾਲ ਤਖ਼ਤ ਦੀ ਮਰਿਆਦਾ ਦਾ ਘਾਣ ਕੀਤਾ ਜਾਂਦਾ ਸੀ, ਅਕਾਲ ਤਖ਼ਤ ਤੋਂ ਦਿੱਤੇ ਹੋਏ ਆਦੇਸ਼ਾਂ ਦਾ ਘਾਣ ਕੀਤਾ ਜਾਂਦਾ ਸੀ, ਅਸੀਂ ਉਹਦਾ ਵਿਰੋਧ ਕੀਤਾ, ਮਹੱਲੇ ਵਾਲਿਆਂ ਨੇ ਵਿਰੋਧ ਕੀਤਾ, ਅਸੀਂ ਉੱਥੇ ਬੰਦ ਕਰਾਏ। ਪਰ ਇਹਨਾਂ ਨੇ ASI ਨੂੰ ਆਪਣਾ ਗੁੰਡਾ ਬਣਾ ਕੇ, ਪ੍ਰਬੰਧਕ ਕਮੇਟੀ ਨੇ ਉਹ ਚੀਜ਼ਾਂ ਦੁਬਾਰਾ ਕਰਾਉਣ ਵਾਸਤੇ ਸਾਡੇ ਉੱਤੇ ਕਾਤਲਾਨਾ ਹਮਲਾ ਕਰਾਇਆ ਜੀ। ਮੈਂ ਸਾਰੀ ਸਤਿਕਾਰ ਕਮੇਟੀ ਖੜ੍ਹੀ ਹੈ ਮੇਰੇ ਨਾਲ, ਰਿਕਾਰਡਿੰਗ ਵੀ ਹੋਈ ਸਾਡੇ ਕੋਲ, ਸਾਰੀ ਰਿਕਾਰਡਿੰਗ ਹੈ ਜੀ, ਜਿਹਦੇ ਵਿੱਚ ASI ਜਿਹੜਾ ਆਪਣੀ ਸਰਵਿਸ ਰਿਵਾਲਵਰ ਸਾਡੇ ਉੱਤੇ ਤਾਣਾ ਰਿਹਾ, ਉਹਦੀ ਘਰਵਾਲੀ ਸਾਡੇ ਉੱਤੇ ਤਾਣ ਰਹੀ ਆ, ਸਾਡੇ ਉੱਤੇ ਝੂਠੇ ਪਰਚੇ ਦਿੱਤੇ ਜਾ ਰਹੇ ਨੇ। ਅਸੀਂ ਕਮਿਸ਼ਨਰ ਸਾਹਿਬ ਕੋਲ ਜਾ ਕੇ ਆਏ, ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ। ਕਿਉਂ? ਕਿਉਂਕਿ ਉਹਨਾਂ ਦਾ ਆਪਣਾ ਮੁਲਾਜ਼ਮ ਹੈ ਔਰ ਕਾਂਗਰਸ ਦੀ ਸਰਕਾਰ ਹੈ, ਇਸ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਕਿੰਨੇ ਬੰਦੇ ਸੀ ਇਹ ਜੀ? ASI, ਉਹਦੀ ਘਰਵਾਲੀ, ਉਹਦੀ ਕੁੜੀ, ਉਹਦਾ ਭਰਾ ਟੋਨੀ ਸਿੱਧੂ, ਉਹਨਾਂ ਦਾ ਇੱਕ ਦੋ ਰਿਸ਼ਤੇਦਾਰ, ਮਨਰਾਜ ਜਿਹੜਾ ਕਿ ਠਕਰਾਲ ਕੌਂਸਲਰ ਦਾ ਮੁੰਡਾ ਆ, ਉਹਨੇ ਆਪਣੇ ਭੇਜੇ ਹੋਏ ਗੁੰਡੇ, ਜਿਹੜੇ ਕਿ ਵਿੱਚ ਟੋਪੀ ਪਾਈ ਹੋਈ, ਤੁਹਾਨੂੰ ਸ਼ਰੇਆਮ ਵੀਡੀਓ ਦੇ ਵਿੱਚ ਦਿਖਣਗੇ, ਸਾਡੇ ਉੱਤੇ ਡਾਂਗਾ ਸੋਟਿਆਂ ਨਾਲ ਵਾਰ ਕਰ ਰਹੇ ਨੇ। ਵਾਹਿਗੁਰੂ ਜੀ ਕਾ